ਕਰਦੇ ਸੀ ਤੁਹਾਨੂੰ ਬਹੁਤ ਇੱਜ਼ਤ ਵੀ ਕਰਦੇ ਸੀ ਤੁਹਾਡੀ ਤੁਹਾਡੀ ਸ਼ੌਹਰਤ ਸਾਹਮਣੇ ਆਪਣੇ ਆਪ ਨੂੰ ਬਹੁਤ ਹੀ ਛੋਟਾ ਸਮਝਦੇ ਸੀ ਇਸ ਲਈ ਤੁਹਾਨੂੰ ਕਦੇ ਕਹਿ ਹੀ ਨਾ ਸਕੇ ਉਹ ਤੁਹਾਨੂੰ ਕਹਿਣਾ ਚਾਹੁੰਦੇ ਸੀ ਕਿ ਸਾਨੂੰ ਤੁਹਾਡੇ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਤੁਸੀਂ ਆ ਜਾਓ ਸਾਡੇ ਕੋਲ ਸਾਡੇ ਕੋਲ ਰਹਿਣ ਲਈ ਮੈਂ ਵੀ ਤੁਹਾਨੂੰ ਇਹੋ ਕਹਿਣਾ ਚਾਹੁੰਦੀ ਹਾਂ ਪਾਪਾ ਕਿ ਜਿੰਨੇ ਵੀ ਦਿਨ ਤੁਸੀਂ ਮੇਰੇ ਕੋਲ ਹੋ ਮੈਨੂੰ ਸਮਝੋ ਮੈਨੂੰ ਜਾਣੋ ਮੇਰੇ ਨਾਲ ਗੱਲ ਕਰੋ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਕਦੋਂ ਕਦੋਂ ਯਾਦ ਕੀਤਾ ਫਿਰ ਸ਼ਾਇਦ ਮੈਂ ਵੀ ਦੱਸ ਸਕਾਂ ਕਿ ਅਸੀਂ ਤੁਹਾਨੂੰ ਕਦੋਂ ਕਦੋਂ ਮਿਸ ਕੀਤਾ ਪਾਪਾ ਧੀਆ ਬੇਟਾ ਮੈਂ ਤੈਨੂੰ ਉਨਾ ਹੀ ਪਿਆਰ ਕਰਦਾ ਜਿੰਨਾ ਇੱਕ ਬਾਪ ਆਪਣੀ ਧੀ ਨੂੰ ਕਰ ਸਕਦਾ ਹੈ ਆਪਣੀ ਇਕਲੌਤੀ ਔਲਾਦ ਨੂੰ ਕਰ ਸਕਦਾ ਹੈ ਬਸ ਉਹ ਪਿਆਰ ਮੈਂ ਤੈਨੂੰ ਕਦੇ ਬਤਾ ਨਹੀਂ ਸਕਿਆ ਧੀਆ ਕਿਉਂਕਿ ਕਿਉਂਕਿ ਮੈਂ ਨਾਕਾਮਯਾਬੀ ਤੋਂ ਡਰਦਾ ਸੀ ਤੇ ਨਾਕਾਮਯਾਬੀ ਤੋਂ ਡਰ ਦਾ ਸਿਰਫ ਇੱਕੋ ਇਲਾਜ ਹੁੰਦਾ ਹੈ ਕਾਮਯਾਬੀ ਤੇਰੇ ਪਾਪਾ ਬਹੁਤ ਕਮਜ਼ੋਰ ਨੇ ਧੀਆ ਬਹੁਤ ਕਮਜ਼ੋਰ No, he is not. He is. पर बेटा, तू ये जैसी बिल्कुल नहीं है। क्योंकि क्योंकि तेरे हिम्मत और तुरंत दी, जो तेरा मन चाहता है। भैया, ये तो मेरी सब तो बड़ी कामयाबी है, बेटा सब तो बड़ी कामयाबी। मैंने माफ कर दे बेटा, मैंने माफ कर दे। मैंने ये तो नहीं पता कि मैं अपने आप को कितना बदल सकांगा हाँ पर तेरा पापा बनने की कोशिश जरूर करांगा क्योंकि मैं कामयाब होना चाहता हूँ बहुत कामयाब मैं गुमनामी तो गरीबी तो डरता हूँ शायद इसलिए मैं कदे करे नहीं क्योंकि मैं लगता सी कि जी मैं करे चला गया ना तो शायद मेरी रफ्तार किन्नी पै गई मैं जो कमाया मैं कितने गवा ना बैठा प्यार दे नाम ते मैं अपनी वाइफ ते अपनी बेटी नू कुछ नहीं दे सकता ते हुण जदों मैं अपनी धी को रहना है तो मैं लगता सी कि मेरे अंदर का खाली पन दूर हो जाएगा पर अभी तेनू मिल के लग्या कि मेरे अंदर का खाली पन कितना बड़ा है मैं अंदर हूं कितना खाली हाँ मैं रिश्तिया के साथ की कितनी जरूरत है नहीं अपनी अपनी मैं टूट रहा मैं टूट रहा मेरे अंदर के खाली पन आपस लड़ रहे हैं मैनू डर है कि मैं फिर कितने खाली ना रह जावा दलीप दलीप तुम थक चुके हो तुम्हें आराम चाहिए सुकून चाहिए दलीप डू यू थिंक कैन वी बी टुगेदर ਕੁੜੀ ਸਾਹਿਬ ਤੁਸੀਂ ਨਾਟਕ ਦੇਖਿਆ ਹੈਗਾ ਡੈਡਸ ਗਰਲਫ੍ਰੈਂਡ ਤਾਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਨਾਟਕ ਹੈ ਦੇਖੋ ਜਿਵੇਂ ਸਾਡੇ ਰਿਸ਼ਤੇ ਬਹੁਤ ਪਵਿੱਤਰ ਹੈ ਜੀ ਕਈ ਵਾਰੀ ਅਸੀਂ ਆਪਣੇ ਕੰਮਾਂ ਕਾਰਾਂ 'ਚ ਇੰਨੇ ਮਸ਼ਰੂਫ ਹੋ ਜਾਂਦੇ ਹਾਂ
ਉਹ ਜਿਹੜਾ ਪਿਆਰ ਹੈ ਮੁਹੱਬਤ ਆ ਉਹ ਵਿੱਚ ਰੁਲ ਜਾਂਦੀ ਹੈ। ਇਸ ਨਾਟਕ ਨੇ ਦੱਸਿਆ ਪਹਿਲਾਂ ਇਹ ਲੱਗਦਾ ਸੀ ਜਿਵੇਂ ਹਸਾਉਣਾ ਜਾਂ ਅਖੀਰ ਲੱਗਦਾ ਸੀ ਬੜੀ ਗੰਭੀਰਤਾ ਹੈ ਕਿ ਅਸੀਂ ਇਸ ਦੁਨੀਆ 'ਚ ਜਿੱਥੇ ਆਪਣਾ ਜੀਵਨ ਬਸਰ ਕਰਨਾ ਆਉਣਾ ਉੱਥੇ ਅਸੀਂ ਆਪਣੇ ਪਰਿਵਾਰ ਆਪਣੇ ਨੇੜਲਿਆਂ ਨਾਲ ਵੀ ਆਪਣੇ ਜਿਹੜੇ ਬਹੁਤ ਜ਼ਰੂਰੀ ਪਲ ਵੀ ਮਨਾਉਣੇ। ਅੱਜ ਦਾ ਜਿਹੜਾ ਨਾਟਕ ਮੇਲਾ ਇਹ ਜ਼ਿੰਦਗੀ ਦੀਆਂ ਜਿਹੜੀਆਂ ਅਸਲੀਅਤ ਸਮਾਜ ਦੇ ਵਿੱਚ ਹੈਗੀ ਉਸ ਨੇ ਦੱਸਾਇਆ। ਅਸੀਂ ਫਿਲਮਾਂ ਵੇਖਦੇ ਹਾਂ ਉਹ ਰੀਟੇਕ ਕਰਕੇ ਜਾਂ ਹੋਰ ਉਸਨੂੰ ਜੋੜ ਕੇ ਬਣਾਇਆ ਜਾਂਦਾ, ਪਰ ਲਾਈਵ ਇਸ ਤਰ੍ਹਾਂ ਦਾ ਨਾਟਕ ਹੈ ਜਿਹੜਾ ਸਾਨੂੰ ਜ਼ਿੰਦਗੀ ਦੀਆਂ ਸੱਚਾਈਆਂ ਦੇ ਨਾਲ ਜੋੜਦਾ, ਜਿਹੜਾ ਬਹੁਤ ਹੀ ਅੱਛਾ ਸੀ, ਬੜਾ ਚੰਗਾ।